ਦੇਸੂ ਦਾ ਮੁੰਡਾ ਮਾਰਿਆ ਗਿਆ ਸੀ ਬਾਲੜੀ। ਅੱਛਾ, ਬਾਡਰ ਟਪਾਣ ਲੱਗਿਆ ਨਾ ਮਰੂ ਮਰਵਾਇਆ ਸੀ ਨਾ। ਬਾਛੋ ਸ਼ਾਹ ਉਹਦਾ ਨਾਂ, ਦੇਸੂ ਦਾ ਮੁੰਡਾ ਰਬਗੀਰਾ ਉਹਦਾ ਨਾਂ। ਅੱਛਾ, ਦੇਸੂ ਸ਼ਾਹ ਦਾ ਮੁੰਡਾ ਜੀ। ਬਾਅਦ ਵਿੱਚ ਆਇਆ, ਤੁਸੀਂ ਵੇਖਿਆ ਉਹਨਾਂ ਨੂੰ? ਖੇਮ ਸਿੰਘ ਨੂੰ? ਖੇਮ ਸਿੰਘ ਨੂੰ ਮੈਂ ਵੇਖਿਆ ਭਰਾਵਾਂ ਕਰੀ। ਅੱਛਾ, ਸਲੂਕ ਠੀਕ। ਜਦੋਂ ਮੈਂ ਦੱਸਿਆ ਨਹੀਂ ਵੀ ਆ ਕੇ ਸਾਡੇ ਉਹ ਤੋਂ ਵੱਡਾ ਵੱਡੀ ਸ਼ੁਰੂ ਹੋਈ ਸੀ, ਆ ਕੇ ਸਾਡੇ ਪਿਓ ਗਿਆ ਜੋੜਦਾ ਸੀ, ਮੇਰਾ ਖੂਹ ਖਰਾਬ ਹੋਇਆ ਅਤੇ ਮੇਰੇ ਭਤੀਜੇ ਨੂੰ ਭੇਜ ਉਹ ਲਾ ਪਏ ਤਲਵਾਰਾਂ ਮਾਰਨੇ ਨੂੰ, ਇਹ ਬਚਦਾ ਰਿਹਾ। ਉਹ ਕੋਲ ਨੇੜੇ ਖੂਹ ਸੀ, ਉੱਥੋਂ ਬੰਦੇ ਦੌੜੇ। ਅੱਛਾ, ਬੰਦੇ ਦੌੜੇ ਤੋਂ ਮਾਰ ਛੜੇ ਦੋ ਸਿੱਖ ਮਾਰ ਕੇ, ਅਤੇ ਉਦੋਂ ਇਹ ਵਕਤ ਪੁਲਿਸ ਨਾਲ ਫੜ ਲਈ। ਜੀ, ਅਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ, ਪ੍ਰਣਾਮ ਤਮਾਮ ਲੈਂਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਜਿੱਥੇ ਜਿੱਥੇ ਪੰਜਾਬੀ ਵਸਦਾ ਹੈ, ਉਹਨਾਂ ਨੂੰ ਆਮਰ ਜਾਮੀ ਪੰਜਾਬੀ ਟੱਚ ਟੀਮ ਦਾ ਅਸਲਾਮ ਅਲੈਕੁਮ ਜੀ। ਅੱਜ ਅਸੀਂ ਇੱਕ ਨਵੇਂ ਐਪੀਸੋਡ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਇਹ ਬਜ਼ੁਰਗ ਪਿੰਡ ਕਾਲਾ ਹਰਾਵਾਂ, ਤਹਿਸੀਲ ਅਤੇ ਜ਼ਿਲ੍ਹਾ ਸਿਆਲਕੋਟ, ਇਹਨਾਂ ਦੀ ਉਮਰ ਉਦੋਂ 12-13 ਸਾਲ ਸੀ। ਅਤੇ ਅਸੀਂ ਕਾਲਾ ਹਰਾਵਾਂ ਔਰ ਇਹਦੇ ਇਰਦ ਗਿਰਦ ਜਿੰਨੇ ਵੀ ਪਿੰਡ ਸਨ ਸਿੱਖ ਸਰਦਾਰਾਂ ਦੇ ਜਿਹੜੇ ਮਾਈਗ੍ਰੇਟ ਕਰਕੇ ਚਲੇ ਗਏ, ਅਸੀਂ ਇਹ ਬਜ਼ੁਰਗਾਂ ਕੋਲੋਂ ਉਹਨਾਂ ਸਾਰਿਆਂ ਦੀ ਕਹਾਣੀ, ਉਹਨਾਂ ਦੀ ਦਾਸਤਾਨ, ਉਹਨਾਂ ਦਾ ਰਹਿਣ ਬਹਿਣ ਅਤੇ ਸਾਰੀ ਸਾਂਝ ਪਾਉਂਦੇ ਹਾਂ। ਅਤੇ ਆਓ ਅਸੀਂ ਕਰਦੇ ਹਾਂ ਬਜ਼ੁਰਗਾਂ ਦੇ ਨਾਲ ਗੱਲਬਾਤ ਜੀ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ ਜੀ, ਕੀ ਹਾਲ ਹੈ ਬਾਬਾ ਜੀ? ਠੀਕ ਠਾਕ ਹੋ? ਸ਼ੁਕਰ ਅੱਲਾ ਦਾ, ਤੁਸੀਂ ਸੁਣਾਓ? ਅਲਹਮਦੁਲਿਲਾ ਜੀ। ਕੀ ਨਾਂ ਹੈ ਤੁਹਾਡਾ? ਮੁਹੰਮਦ ਬਸ਼ੀਰ। ਮੁਹੰਮਦ ਬਸ਼ੀਰ। ਅਤੇ ਵਾਲਾ ਸਾਹਿਬ ਦਾ ਨਾਂ? ਨਵਾਬਦੀਨ। ਨਵਾਬਦੀਨ। ਅਤੇ ਦਾਦਾ ਜੀ ਦਾ ਨਾਂ ਚੇਤੇ? ਹਯਾਤ ਮੁਹੰਮਦ। ਹਯਾਤ ਮੁਹੰਮਦ, ਵਾਹ ਜੀ ਵਾਹ। ਅੱਛਾ, ਕਿਹੜਾ ਪਿੰਡ ਹੈ ਬਾਬਾ ਜੀ ਆਪਣਾ? ਕਾਲਾ ਰਾਵਾਂ। ਜੱਦੀ ਪਿੰਡ ਤੁਹਾਡਾ ਕਾਲਾ ਰਾਵਾਂ? ਕਾਲਾ ਰਾਵਾਂ। ਮਾਸ਼ਾ ਅੱਲਾਹ। ਚਾਰ ਭਰਾ ਸਨ ਉਹ ਜੀ? ਲਵੋ ਨਾ, ਨਾਂ ਲਵੋ। ਵੱਡੇ ਦਾ ਨਾਂ ਸੀ ਕਰਮਦਾਦ, ਛੋਟੇ ਦਾ ਨਾਂ ਸੀ ਫਤਿਹਦੀਨ, ਉਦੋਂ ਛੋਟੇ ਦਾ ਨਾਂ ਸੀ ਮੁਹੰਮਦੀਨ ਜੀ, ਅਤੇ ਉਦੋਂ ਛੋਟਾ ਸਾਡਾ ਪਿਓ ਸੀ, ਉਹਦਾ ਨਾਂ ਸੀ ਨਵਾਬਦੀਨ। ਸਭ ਤੋਂ ਛੋਟੇ ਤੁਹਾਡੇ ਵਾਲਾ ਸਾਹਿਬ ਸਨ? ਵਾਹ ਜੀ ਵਾਹ, ਮਾਸ਼ਾ ਅੱਲਾਹ। ਅੱਛਾ ਬਾਬਾ ਜੀ, ਜਿਹੜਾ ਤੁਹਾਡਾ ਪਿੰਡ ਕਾਲਾ ਹਰਾਵਾਂ, ਤਹਿਸੀਲ ਦਾ ਜ਼ਿਲ੍ਹਾ ਇਹਦਾ ਸਿਆਲਕੋਟ ਹੈ, ਇਹ 47 ਤੋਂ ਪਹਿਲਾਂ ਕਿੱਡਾ ਕੁ ਵੱਡਾ ਪਿੰਡ ਸੀ? ਇਹ ਹੁਣ ਤਾਂ ਪਿੰਡ ਵੱਧ ਗਿਆ, ਉਦੋਂ ਤਾਂ ਪਿੰਡ ਛੋਟਾ ਹੀ ਸੀ, ਐਡਾ ਵੱਡਾ ਨਹੀਂ ਸੀ। ਮੋਟੇ ਮੋਟੇ ਕਿੰਨੇ ਘਰ ਹੋਣਗੇ ਉਦੋਂ? ਮੇਰਾ ਖਿਆਲ ਕੋਈ 3-4 ਹਜ਼ਾਰ ਘਰ ਸੀ ਉਦੋਂ 3-4 ਹਜ਼ਾਰ ਘਰ ਜੀ। ਅੱਛਾ, ਵਿੱਚ ਹੀ ਸਾਰੀ ਬਰਾਦਰੀਆਂ ਵਿੱਚ ਹੀ ਸਨ। ਅੱਛਾ, ਹਿੰਦੂ ਵੀ, ਸਿੱਖ ਵੀ, ਮਹਿੰਗ ਵੀ, ਸਾਰੇ ਇਕੱਠੇ ਸਨ, ਸਾਈ ਵੀ। ਅੱਛਾ ਠੀਕ। ਅਤੇ ਸਿੱਖ ਸਰਦਾਰਾਂ ਦੇ ਕਿੰਨੇ ਘਰ ਸਨ ਤੁਹਾਡੇ ਪਿੰਡ? ਸਿੱਖ ਸਰਦਾਰਾਂ ਦੇ ਘਰ ਸਨ ਸਾਡੇ ਪਿੰਡ ਬੂਟੇ ਦਾ, ਵਸਾਵੇ ਦਾ ਅਤੇ ਮੁਨਸ਼ੀ ਦਾ। ਇਹ ਆਪਸ 'ਚ ਰਿਸ਼ਤੇਦਾਰ ਸਨ? ਤਰਾਵੇ ਆਪ ਹੀ ਭਰਾ ਹੀ ਸਨ। ਅੱਛਾ, ਇਹ ਭਰਾ ਸਨ, ਸੱਗੇ ਭਰਾ ਸਨ? ਸੱਗੇ ਸਨ ਜਾਂ ਚਾਚੋ ਬਾਬਿਓ ਸਨ? ਮੁਨਸ਼ੀ ਸਿੰਘ ਅਤੇ ਵਸਾਵਾ ਸਿੰਘ ਅਤੇ ਬੂਟਾ ਸਿੰਘ। ਬੂਟਾ ਸਿੰਘ, ਕੀ ਕਾਰੋਬਾਰ ਸੀ ਇਹਨਾਂ ਦਾ? ਇਹ ਲੁਹਾਰਾ ਤਰਖਾਣਾ ਕਰਦੇ ਸਨ। ਅੱਛਾ, ਇਹ ਵੀ ਲੁਹਾਰਾ ਤਰਖਾਣਾ ਦੇ ਕਰਦੇ ਸੀ, ਠੀਕ ਹੋ ਗਿਆ। ਅੱਛਾ, ਲੰਬੜਦਾਰ ਕੌਣ ਸੀ ਉਦੋਂ ਪਿੰਡ ਦਾ? ਲੰਬੜਦਾਰ ਪਿੰਡ ਸੀ, ਲਹਿੰਦੇ ਪਾਸੇ ਸੀ ਨਵਾਬਦੀਨ। ਅੱਛਾ, ਅਤੇ ਪਹਾੜਾਂ ਪਾਸੇ ਸੀ ਹਯਾਤ ਮੁਹੰਮਦ ਜੀ, ਅਤੇ ਪਹਾੜਾਂ ਪਾਸੇ ਇੱਕ ਹੋਰ ਸੀ ਸਕੂਲ ਮਾਸਟਰ ਸੀ ਅੱਲਾ ਦਿੱਤਾ ਲੰਬੜਦਾਰ। ਅੱਲਾ ਦਿੱਤਾ ਲੰਬੜਦਾਰ, ਠੀਕ। ਅੱਛਾ, ਇਸ ਪਿੰਡ ਦਾ ਟੋਟਲ ਰਕਬਾ ਕਿੰਨਾ ਕੁ ਸੀ? ਇਹ ਪਿੰਡ ਦਾ ਹੁਣ ਇਹ ਜਿਵੇਂ ਮਤਲਬ ਸਾਨੂੰ ਤਾਂ ਇਸ ਚੀਜ਼ ਦਾ ਪਤਾ ਨਹੀਂ, ਮੇਰਾ ਖਿਆਲ ਹੈ ਕਿ ਆਏ ਸੀ ਕੋਈ 800-900 ਕੁ ਮਾਂ। ਅੱਛਾ ਅੱਛਾ, ਠੀਕ ਹੈ ਠੀਕ ਹੈ। ਪਿੰਡ ਦੇ ਵਿੱਚ ਸਕੂਲ ਹੈ ਸੀ ਉਦੋਂ? ਨਹੀਂ, ਪਿੰਡ 'ਚ ਸਕੂਲ ਕੋਲ ਨਹੀਂ। ਅਤੇ ਕਿੱਥੇ ਜਾਂਦੇ ਸਨ ਬੱਚੇ ਪੜ੍ਹਨ ਵਾਸਤੇ? ਰਸੂਲਪੁਰ। ਰਸੂਲਪੁਰ ਭਲੀਆਂ? ਇਹ ਉਦੋਂ ਪ੍ਰਾਇਮਰੀ ਸਕੂਲ ਸੀ, ਮਿਡਲ ਸੀ ਜਾਂ ਹਾਈ ਸੀ? ਇਹ 10ਵੀਂ ਤੱਕ ਸੀ ਉਦੋਂ। ਤੁਸੀਂ ਸਕੂਲ ਗਏ? ਨਹੀਂ। ਕਿੰਨੀ ਉਮਰ ਸੀ ਤੁਹਾਡੀ ਉਦੋਂ ਜਦੋਂ 47 ਦੀ ਵੰਡ ਹੋਈ ਹੈ? ਉਦੋਂ ਕੋਈ 12-13 ਸਾਲ ਉਮਰ। 12-13 ਸਾਲਾਂ ਦੇ, ਠੀਕ ਹੈ। ਅੱਛਾ, ਇਹਦੇ ਇਰਦ ਗਿਰਦ ਕਿਹੜੇ ਕਿਹੜੇ ਪਿੰਡ ਨੇ ਸਾਰੇ? ਇਹਦੇ ਇਰਦ ਗਿਰਦ ਪਿੰਡ ਨੇ ਗਰਾਸਪੁਰ ਹੋ ਗਿਆ ਜੀ, ਲਾਲੋਕੇ ਹੋ ਗਏ ਜੀ, ਅੱਗੇ ਆ ਗਿਆ ਬਾਲ ਧੰਦਲ ਜੀ,
ਅਰਸੂਲਪੁਰ ਜੀ, ਫਿਰ ਆ ਗਿਆ ਅੱਗੇ ਸਾਡੇ ਚੱਕ ਦਰਗਾਹ ਵਾਲੀ, ਅੱਗੇ ਪਿੱਛੇ ਆ ਗਏ ਤਰਕਾਲ ਜਾਂ ਵਧੀਆ ਕੋਲੀ ਜਸਪਾਲ। ਵਾਹ ਜੀ ਵਾਹ, ਇਹ ਪਿੰਡ ਸਾਰੇ ਨੇ ਇਹਦੇ ਇਰਦ ਗਿਰਦ। ਠੀਕ ਹੋ ਗਿਆ। ਅੱਛਾ, ਇੱਥੇ ਬਾਬਾ ਜੀ ਕੋਈ ਮੇਲਾ ਵੀ ਲੱਗਦਾ ਸੀ ਨਾ ਪਿੰਡਾਂ 'ਚ, ਕੋਈ ਤਰੀਖੀ ਵੱਡਾ ਮੇਲਾ? ਤਰੀਖੀ ਵੱਡਾ ਮੇਲਾ ਕੋਈ ਨਹੀਂ ਸੀ ਲੱਗਦਾ, ਇਹ ਸਿਰਫ ਇੱਕ ਦਰਬਾਰ ਹੈ ਅਤੇ ਬੇਦ ਉੱਤੇ ਬਣਿਆ ਕਾਲਾ ਰਾਵਾਂ। ਕਾਲਾ ਰਾਵਾਂ ਪੀਰ ਬੁੱਢਣ ਸ਼ਾਹ ਨੂੰ ਕਹਿੰਦੇ, ਪੀਰ ਬੁੱਢਣ ਸ਼ਾਹ। ਠੀਕ, ਜਾਂ ਇੱਕ ਪਿੰਡੋਂ ਦੱਖਣ ਵਾਲੇ ਪਾਸੇ ਦਰਬਾਰ। ਸਹੀ ਹੈ, ਸਹੀ ਹੈ। ਹੋਰ ਮੇਲਾ ਇੱਥੇ ਕਿੱਥੇ ਲੱਗਦਾ ਸੀ? ਕੋਈ ਹੋਰ ਮੇਲਾ ਕੋਈ ਨਹੀਂ ਸੀ ਲੱਗਦਾ। ਪਠਾਨ ਵਾਲੀ ਜਿਹੜੀ ਛਿੰਝ ਹੁੰਦੀ ਸੀ ਉਹਦਾ ਪਤਾ ਪਤਾ ਉਹਦਾ ਵੇਖੀ ਨਹੀਂ ਹਾਂ ਜਾ ਕੇ, ਸੁਣਿਆ ਮੈਂ ਪਠਾਨ ਛਿੰਝ ਪਏ। ਅੱਛਾ ਅੱਛਾ ਅੱਛਾ, ਠੀਕ ਹੈ। ਇਹਦਾ ਸਵਾਲ ਕਰਨ ਦਾ ਮਕਸਦ ਇਹ ਹੁੰਦਾ ਕਿ ਤੁਹਾਡੇ ਕੋਲੋਂ ਤੁਹਾਡੀ ਜ਼ਬਾਨੀ ਅਸੀਂ ਸੁਣਨਾ ਚਾਹੁੰਦੇ ਹਾਂ ਵੀ ਉਦੋਂ ਮਸ਼ਹੂਰ ਕਬੱਡਰ ਭਲਵਾਨ ਕਿਹੜਾ ਹੁੰਦਾ ਸੀ ਮੇਲਿਆਂ 'ਤੇ, ਜਿਹੜੇ ਬੜੇ ਘੋਲ ਖੇਡਦੇ ਸਨ, ਕੁਸ਼ਤੀਆਂ ਖੇਡਦੇ ਸਨ? ਦੱਸਾਂ ਗੱਲ ਜੀ, ਇੱਕ ਮੁੰਡਾ ਹੁੰਦਾ ਸੀ ਵਿੰਗਲ ਦਾ ਬਟ ਲੀਫ, ਉਹਦਾ ਨਾਂ ਸੀ ਪੁਲਿਸ ਨੌਕਰ ਹੋ ਗਿਆ ਜੀ, ਅਤੇ ਜਾਂ ਹੁੰਦੇ ਸਨ ਦੀਨਦਾਰ ਸਾਂਸੀ, ਦੀਨਦਾਰ ਮੁਸਲਮਾਨ ਹੋਏ ਸਨ। ਅੱਛਾ, ਸਾਡੇ ਪਿੰਡ। ਠੀਕ ਹੈ। ਉਹਨਾਂ 'ਚੋਂ ਮੁੰਡਾ ਇੱਕ ਲਾਲ ਸੀ, ਉਹ ਕੌਡੀ ਖੇਡਦਾ ਸੀ ਵਿੰਜਲ ਪਿੰਡ ਦੇ? ਨਹੀਂ, ਕਾਲੇ ਦੇ। ਅੱਛਾ, ਕਾਲੇ ਰਾਵਾਂ ਦੇ। ਠੀਕ ਹੋ ਗਿਆ। ਨੀਫ ਸੀ ਉਹ ਵਿੰਜਲ ਦਾ ਸੀ, ਅਤੇ ਜਿਹੜਾ ਦੀਨਦਾਰ ਸੀ ਸਾਡੇ ਇਹ ਕੌਡੀ ਖੇਡਦਾ। ਠੀਕ ਹੈ, ਠੀਕ ਹੈ, ਠੀਕ ਹੋ ਗਿਆ। ਜਾਂ ਇੱਕ ਵਾਰੀ ਕੌਡੀ ਕਰਾਈ ਸੀ ਮਲਕ ਫੈਜ ਬਾਲੀਆਂ, ਅਤੇ ਸਾਡੇ ਪਿੰਡ ਮੱਸਾ ਸੀ, ਮੁਹੰਮਦ ਸਾਹਿਬ ਨਾਂ ਸੀ ਉਹਦਾ, ਮੱਸਾ ਮੱਸਾ ਨੂੰ। ਠੀਕ ਹੈ। ਇਹਨੇ ਮੱਸੇ ਨੇ ਮੁਹੰਮਦ ਸਾਹਿਬ ਨਾਂ ਸੀ ਉਹਦਾ, ਮੱਸਾ ਨੇ ਤਾਂ ਇਹਨੇ ਅਤੇ ਮਲਕ ਫੈਜ ਨੇ ਕੌਡੀ ਪਾ ਲਈ। ਅੱਛਾ। ਉਹਨੇ ਮਲਕ ਫੈਜ ਨੇ ਤਾਂ ਮਾਰ ਲਿਆ ਰਾਉਲਪਿੰਡੀ ਦਾ ਪਾਸਾ ਜੇਲ੍ਹ ਮਾਲਾ ਸਾ। ਇਹਨੇ ਕੀਤਾ ਮੱਸੇ ਨੇ ਸ਼ਾਮ ਨੂੰ ਦੀਨਦਾਰ ਨੂੰ ਸੱਦ ਕੇ ਆਖਣ, ਹੁਣ ਦੱਸੋ ਕੀ ਕਰਨਾ ਚਾਹੀਦਾ, ਇਹ ਆਖਣ ਗਏ ਚੌਧਰੀ ਸਾਹਿਬ ਸਾਨੂੰ ਦੋ ਬੰਦੇ ਚਾਹੀਦੇ, ਦੋ ਬੰਦੇ ਅਸੀਂ ਲੈਵਾਂਗੇ ਬਲਦਾਨੋਂ। ਇੱਕ ਦਾ ਨਾਂ ਸੀ ਫਤਿਹ ਅਤੇ ਇੱਕ ਦਾ ਨਾਂ ਸੀ ਖਾਨ। ਜੀ ਜੀ। ਦੀਨਦਾਰ ਸੀ ਖਾਨ ਅਤੇ ਜੱਟ ਸੀ ਜਿਹੜਾ ਫਤਿਹ ਸੀ, ਉਹਨੂੰ ਕੋਈ ਜੱਫਾ ਮਾਰਨਾ ਹੈ ਅਤੇ ਉਹ ਲੱਤਾਂ ਖੋਲਦਾ ਸੀ ਅਸੀਂ ਤਾਂ ਲੱਤਾਂ ਵੱਡ ਵੱਡ ਹੋ ਜਾਂਦੀਆਂ। ਜਿਹੜਾ ਦੀਨਦਾਰ ਸੀ ਖਾਨ ਉਹਦਾ ਨਾਂ ਸੀ, ਉਹ ਜਦੋਂ ਜਾਂਦਾ ਸੀ ਜੱਫਾ ਮਾਰਨ, ਉਹਨੂੰ ਆਖਣਾ ਤੂੰ ਕੌਡੀਆਂ 'ਤੇ ਹੋ ਜਾ ਅਤੇ ਮੈਂ ਜੱਫਿਆਂ 'ਤੇ ਹੋ ਜਾ, ਉਹ ਜੱਫਿਆਂ 'ਤੇ ਹੋ ਗਿਆ ਅਤੇ ਜੇ ਅਗਰ ਕੌਡੀ ਪਾਉਣਾ ਨੱਥਣਾ ਤਾਂ ਉਸ ਆਖਣਾ ਗੱਲ ਸੁਣ ਮੇਰਾ ਨਾਂ ਹੀ ਖਾਨੂੰ ਫਾਟਕ, ਫਾਟਕ ਤੇਰਾ ਬੰਦ ਹੋ ਗਿਆ ਪਰ ਉਹ ਜਿੱਥੇ ਮਰਜ਼ੀ ਤੁਰ ਜਾ ਅੱਗੇ ਨਹੀਂ ਲੱਗਦਾ। ਸਹੀ ਹੈ, ਸਹੀ ਹੈ। ਹਿਸਾਬ ਲਾਓ, ਇਹਨਾਂ ਦੋ ਬੰਦਿਆਂ ਨੇ ਕੌਡੀ ਕੀਤੀ ਅਤੇ ਉਹਦੇ ਹੁੰਦਾ ਸੀ ਖਰਾਤਾ ਪਾਇੜਿਆ, ਉਹਨੇ ਕੀਤਾ ਸੰਦੂਕੜੀ ਚੁੱਕੀ ਕਹਿੰਦਾ ਲਾਈ ਟਿਕਟ। ਅੱਛਾ। ਉਹਨੇ ਸੰਦੂਕੜੀ ਚੁੱਕੀ ਤਾਂ ਦੌੜ ਗਿਆ। ਅੱਛਾ। ਮੱਸੇ ਨੇ ਕਿਹਾ ਲਾ ਜੋ ਕਦਾਟਾ ਸਾਜ ਜਾ ਸਾਰੀ ਦੁਨੀਆ ਵੇਖ ਲੈ, ਉਹ ਨੱਠ ਗਏ, ਉਹਨੂੰ ਬਲੋਲਿਓ ਖੂਹਾਂ ਨੂੰ ਫੜ ਲਿਆ ਉਹਨੂੰ ਜਾ ਕੇ ਲਿਆ ਕੇ ਪੈ ਗਏ। ਸਹੀ, ਸਹੀ। ਅੱਛਾ ਬਾਬਾ ਜੀ, ਤੁਹਾਡੇ ਪਿੰਡ ਦੇ ਜਿਹੜੇ ਸਨ ਘਰ ਦੋ ਵਾਰੀ? ਅੱਛਾ ਹਾਈ ਸਾਹਿਬ, ਤੁਹਾਡੇ ਪਿੰਡ ਜਿਹੜੇ ਮੇਘ, ਖੱਤਰੀ, ਹਿੰਦੂ ਬਟਵਾਲ, ਇਹਨਾਂ ਦੇ ਨਾਂ ਚੇਤੇ? ਹਾਂ ਜੀ। ਲਵੋ ਨਾਂ ਇਹਨਾਂ ਦੇ। ਕੇਸਰ, ਇੱਕ ਦਾ ਨਾਂ ਸੀ ਮੁਨਸ਼ੀ ਜੀ, ਇੱਕ ਦਾ ਨਾਂ ਸੀ ਬਹਾਦਰਾ, ਇੱਕ ਫਿਰ ਕੇਸਰ ਸੀ। ਅੱਛਾ। ਇੱਕ ਦਾ ਨਾਂ ਸੀ, ਉਹਦਾ ਮੁੰਡਾ ਵੀ ਉਹਦੇ ਟੁੱਟ ਗਿਆ, ਚੇਤੂ ਦਾ, ਚੇਤੂ ਦਾ ਨਾਂ ਸੀ। ਇਹ ਕੌਣ ਸਨ? ਮੇਘ। ਸਾਰੇ ਮੇਘ ਸਨ? ਖੜੀਆਂ ਹੁੰਦੀਆਂ। ਅੱਛਾ, ਖੱਤਰੀਆਂ ਦੇ ਘਰ ਵੀ ਆ ਸਨ? ਹਾਂਜੀ, ਇਹ ਮੇਘ ਸਨ ਹਾਂ ਜਿਹੜੇ ਖੱਡੀ ਹੁੰਦੇ ਹਨ। ਅੱਛਾ। ਅਤੇ ਖੱਤਰੀ ਸਨ ਸਾਡੇ ਪਿੰਡ ਦੇ ਵਿੱਚ, ਉਹਨਾਂ ਦੀ ਚਕਰੋਈ ਰਿਸ਼ਤੇਦਾਰੀ, ਉਹ ਇਹਨਾਂ ਦਾ ਰਿਸ਼ਤੇਦਾਰ ਸੀ। ਕੀ ਨਾਂ ਸੀ ਜ਼ੈਲਜ਼ਾਰ ਦਾ, ਚਕਰੋਈ ਵਾਲੇ ਦਾ? ਉਹਦੇ ਨਾਂ ਦਾ ਨਹੀਂ ਸਾਨੂੰ ਪਤਾ। ਇਹਨਾਂ ਦਾ ਨਾਂ ਸੀ ਜੇਸੂ, ਅਤੇ ਇੱਕ ਇਹਨਾਂ ਦਾ ਤਾਇਆ ਤਾਇਆ ਸੀ, ਇੱਕ ਭਰਾ ਸੀ ਵੱਡਾ, ਕੰਮ ਸੀ ਇਹਨਾਂ ਦਾ ਸੋਨੇ ਦਾ। ਅੱਛਾ। ਇਹ ਫੌਜੀਆਂ ਦੇ ਤਕਮੇ ਬਣਾਉਂਦੇ ਹਨ, ਸੋਨੇ ਦੇ ਤਮਗੇ, ਤਕਮੇ। ਆਹੋ, ਤਮਗੇ। ਸਾਡੇ ਵੱਡੇ ਭਰਾ ਤੇ ਛੋਟਾ ਜਿਹੜਾ ਨਾ, ਉਹ ਇਹਨਾਂ ਕੋਲ ਕੰਮ ਕਰਦਾ ਸੀ। ਅੱਛਾ। ਕੀ ਨਾਂ ਸੀ ਤੁਹਾਡੇ ਭਾਈ ਦਾ? ਅਬਦੁਲ ਗਨੀ। ਅਬਦੁਲ ਗਨੀ, ਹਾਂ। ਠੀਕ ਹੋ ਗਿਆ, ਠੀਕ ਹੋ ਗਿਆ। ਅਤੇ ਹੋਰ ਖੱਤਰੀ ਬਥੇਰੇ ਸਨ ਸਾਡੇ ਪਿਛਲੇ ਪਾਸੇ, ਅੱਜ ਘੁੰਮਣ ਅਸੀਂ ਬੈਠੇ ਦੇ ਹਾਂ, ਇਹ ਪਿਛਲੇ ਪਾਸੇ ਬੇਲੀ ਮੇਲਾ ਇਹਨਾਂ ਦਾ ਘਰ। ਤੁਹਾਡੇ ਘਰ ਪਿੰਡ ਕਿਹੜੇ ਬਾਈ ਸਨ? ਪਹਾੜ ਵਾਲੇ ਪਾਸੇ।
ਪਹਾੜ ਵਾਲੇ ਪਾਸੇ ਤੁਹਾਡੇ ਮੁਗਲਾਂ ਦੇ ਕਿੰਨੇ ਘਰ ਸਨ ਕਾਲਾ ਰਾਮਾਂ ਦੇ ਕਾਲੇ ਰਾਮਾਂ ਦੇ ਸਾਡੇ ਦੋ ਘਰ ਸਨ ਦੋ ਹੀ ਘਰ ਸਨ ਦੋ ਹੀ ਘਰ ਚਾਚੇ ਬਾਬੇ ਸਨ ਤੁਹਾਡੇ ਆਪਣੇ ਹੈ ਤੇ ਆਪਣੀ ਜ਼ਮੀਨ ਹੈ ਸੀ ਅੱਛਾ ਜ਼ਮੀਨ ਹੈ ਨਹੀਂ ਸੀ ਤੁਹਾਡੀ ਅੱਛਾ ਇਹ ਜਿਹੜੇ ਲੰਬੜਦਾਰ ਸਨ ਇਹਨਾਂ ਦਾ ਸਲੂਕ ਸਿੱਖ ਸਰਦਾਰਾਂ ਨਾਲ ਜਿਹੜਾ ਤੁਸੀਂ ਘਰ ਦੱਸੇ ਦੋ ਤਰੇ ਔਰ ਮੈਂ ਖੱਤਰੀ ਕਿਹਦਾ ਸਲੂਕ ਸੀ ਇਹਨਾਂ ਦੇ ਨਾਲ ਸਲੂਕ ਸਹੀ ਸਨ ਸਲੂਕ ਸਹੀ ਸਨ ਇਹਨਾਂ ਨੇ ਜਦੋਂ ਇੱਕ ਦਿਨ ਰਾਤ ਨੂੰ ਜਿਹੜੇ ਨਾਲ ਸਨ ਸਾਡੇ ਇਹਨਾਂ ਨੇ ਕੀਤਾ ਦੋ ਤਰੇ ਬੋਰੀਆਂ ਪਤਾ ਨਹੀਂ ਕਾਹਦੀਆਂ ਇਹਨਾਂ ਨੇ ਰਾਤ ਨੂੰ ਪਿਛਲੇ ਪਾਸੋਂ ਪੌੜੀ ਲਾ ਕੇ ਸਾਡੇ ਵਿਹੜੇ ਛੁੱਟੀਆਂ ਸਾਡਾ ਪਿਓ ਆਊਗਾ ਕਿ ਹੱਥ ਜੋੜੇ ਆਖਰ ਦਾ ਇਹ ਕੰਮ ਨਾ ਕਰੇ ਸਾਨੂੰ ਕਿਸੇ ਮਾਰ ਜਾਣ ਜੇ ਤਾਂ ਅਸੀਂ ਰਹਿ ਗਏ ਅਤੇ ਲੱਲਾਂਗੇ ਅਤੇ ਜੇ ਟੁੱਟ ਗਏ ਤਾਂ ਤੁਸੀਂ ਮੌਜਾਂ ਲਿਓ ਉਹ ਭਰਾ ਜੀ ਸਵੇਰੇ ਜੱਟਾਂ ਨੇ ਕੀ ਕੀਤਾ ਸਾਰੇ ਖੱਤਰੀ ਕੱਢ ਕੇ ਅਤੇ ਬਾਗ ਦੇ ਵਿੱਚ ਪਾ ਦਿੱਤੇ ਬਾਗ ਕਿੱਥੇ ਸੀ ਉਦੋਂ ਬਾਗ ਪਿੰਡੋਂ ਪਹਾੜ ਵਾਲੇ ਪਾਸੇ ਇੱਕ ਘੁਮਾ ਛੱਡ ਕੇ ਤੇਰੇ ਬਾਗ ਅੱਛਾ ਉੱਥੇ ਬਾਲ ਦਿੱਤੇ ਅੰਬਾ ਦਾ ਬਾਗ ਸੀ ਉਹਨਾਂ ਖੱਤਰੀਆਂ ਦਾ ਦਿਸ ਹੋਣਾ ਉਹ ਜਨਾਬ ਮਗਰੋਂ ਇਹਨਾਂ ਨੇ ਅੰਦਰਾਂ 'ਚ ਫਿਰ ਕੇ ਲੁੱਟਾ ਲੱਟੀ ਕਰ ਲਈ ਸ਼ਾਮ ਨੂੰ ਫਿਰ ਆਖਾਂਗੇ ਜਾਓ ਆਪ ਆਪਣੇ ਘਰਾਂ 'ਚ ਟੁਰ ਗਏ ਉਹ ਪਿਓ ਸਾਡੇ ਨੇ ਹੱਥ ਜੋੜ ਕੇ ਬੋਰੀਆਂ 'ਚ ਲੱਗੇ ਬੋਰੀਆਂ ਲੈ ਜਾਓ ਦੇਸੂ ਦਾ ਮੁੰਡਾ ਮਾਰਿਆ ਗਿਆ ਸੀ ਬਾਲੜੀ ਅੱਛਾ ਬਾਰਡਰ ਟਪਾਉਣ ਲੱਗਿਆ ਨਾ ਮਰਵਾਇਆ ਸੀ ਇਹਦਾ ਬਾਦਸ਼ੋ ਸ਼ਾਹ ਉਹਦਾ ਨਾਂ ਸੀ ਦੇਸੂ ਦਾ ਮੁੰਡਾ ਰਬਗੀਰਾ ਉਹਦਾ ਨਾਂ ਸੀ ਅੱਛਾ ਦੇਸੂ ਸ਼ਾਹ ਦਾ ਮੁੰਡਾ ਸੀ ਬਾਅਦ ਵਿੱਚ ਆਇਆ ਕੋਈ ਅੱਠਾਂ ਦਸਾਂ ਸਾਲਾਂ ਬਾਅਦ ਬਾਦਸ਼ੋ ਸ਼ਾਹ ਅੱਛਾ ਦੇਸੂ ਦਾ ਮੁੰਡਾ ਰਬਗੀਰ ਤੋਂ ਛੋਟਾ ਉਹ ਆਇਆ ਨਾਲ ਉਹਦੇ ਪੁਲਿਸ ਪਿੰਡ ਗਿਆ ਅਤੇ ਉਹੀ ਅੱਲਾ ਦਿੱਤਾ ਲੰਬੜਦਾਰ ਇਹਨਾਂ ਰੱਖੇ ਹੋਣੀਆਂ ਸਨ ਭੇਡਾਂ ਬੱਕਰੀਆਂ ਵਾੜਿਆਂ 'ਚ ਸੌਂਦੇ ਸਨ ਇਹ ਹੁਣ ਲੈ ਗਿਆ ਆਪਣੀ ਛੱਤ 'ਤੇ ਅੱਛਾ ਛੱਤ 'ਤੇ ਜਾ ਕੇ ਤਾਂ ਆਉਂਦਾ ਬਾਦਸ਼ੋ ਸ਼ਾਹ ਮਾਰ ਹਾਂ ਧਿਆਨ ਤੁਹਾਡਾ ਚੁਬਾਰਾ ਸੋਹਣਾ ਕਿ ਮੇਰਾ ਸੋਹਣਾ ਅਤੇ ਬਾਦਸ਼ੋ ਸ਼ਾਹ ਬੋਲਦਾ ਸੀ ਨੱਕ 'ਚ ਉਹ ਆਉਂਦਾ ਲੰਬੜਾ ਅਸੀਂ ਟੁੰਡ ਗਏ ਅਤੇ ਤੁਸੀਂ ਚੁਬਾਰਾ ਬਿਲਕੁਲ ਉਹ ਚਲੇ ਗਏ ਨਾ ਫਿਰ ਜ਼ੀਰੋ ਜ਼ਿੰਦਗੀ ਸਟਾਰਟ ਕੀਤੀ ਆਪਣੀ ਜਾ ਕੇ ਇੰਡੀਆ ਕਿੱਥੇ ਬੈਠੇ ਨੇ ਜਾ ਕੇ ਪਤਾ ਤੁਹਾਨੂੰ ਨਹੀਂ ਪਤਾ ਠੀਕ ਹੈ ਅੱਛਾ ਬਾਬਾ ਜੀ ਹੋਰ ਕਾਲੇ ਰਾਵਾਂ ਦੀ ਕੋਈ ਪੁਰਾਣੀ ਐਸੀ ਗੱਲ ਜਿਹੜੀ ਸਾਡੇ ਨਾਲ ਤੁਸੀਂ ਸਾਂਝ ਪਾਉਣਾ ਚਾਹੋ ਪੁਰਾਣੀ ਗੱਲ ਹੋਰ ਕਿਹੜੀ ਬਾਜ਼ਾਰ ਕਿਹੜਾ ਲੱਗਦਾ ਸੀ ਤੁਹਾਨੂੰ ਜਿੱਥੇ ਤੁਸੀਂ ਜਾਂਦੇ ਹੋ ਆਪਣੇ ਕੱਪੜਾ ਸਮਾਨ ਵਗੈਰਾ ਲੈਣ ਬਾਜ਼ਾਰ ਇਹ ਮਤਲਬ ਇਹ ਦੁਕਾਨ ਇਹਨਾਂ ਦੀ ਇਹ ਨਾਲ ਸਾਰਾ ਤੋੜ ਸਿੱਧੇ ਬਾਜ਼ਾਰ ਹੀ ਗਲੀ ਜਿਹੜੀ ਬਾਜ਼ਾਰ ਹੀ ਠੀਕ ਇੱਥੇ ਹੀ ਕਾਲੇ ਰਾਵਾਂ ਉਦੋਂ ਬਾਜ਼ਾਰ ਸੀ ਇਹਨਾਂ ਦੇ ਸ਼ਾਦੀ ਵਿਆਹਾਂ 'ਤੇ ਜਾਂਦੇ ਹੋ ਖੱਤਰੀ ਮੇਂਗ ਬਟਵਾਲ ਸਿੱਖ ਸਰਦਾਰਾਂ ਦੇ ਅਕਸਰ ਹੁੰਦਾ ਸੀ ਲੋਕ ਕੱਚੀ ਰੋਟੀ ਦੇ ਛੱਡਦੇ ਸਨ ਉਦੋਂ ਸਹੀ ਸਹੀ ਇੰਨਾ ਮੈਨੂੰ ਪਤਾ ਵੀ ਘਰੋਂ ਨਿਕਲਣਾ ਜੀ ਸਾਡੇ ਕੋਨੇ ਦੇ ਉੱਤੇ ਨਾਲ ਹੀ ਇਹਨਾਂ ਮਕਾਨ ਸਨ ਅਤੇ ਅੱਗੇ ਇਹਨਾਂ ਦੁਕਾਨਾਂ ਬਣਾਈਆਂ ਅਤੇ ਉਦੋਂ ਸੌਦਾ ਹੁੰਦੇ ਉਹਨਾਂ ਛਾਪਰਾਂ 'ਚ ਉਦੋਂ ਹੁੰਦੀਆਂ ਢਾਈ ਢਾਈ ਮਾਰੀਆਂ ਹੋਰ ਬੋਰੀਆਂ ਸੌਦੇ ਦੀਆਂ ਅਤੇ ਅੰਦਰ ਲੱਗੀਆਂ ਬੋਰੀਆਂ ਉਹ ਮੇਰੇ ਜਿਹੜਾ ਮੁੰਡਾ ਸੀ ਉਹਨਾਂ ਦਾ ਉਹ ਜਿਸ ਮੈਂ ਇੱਥੋਂ ਨਿਕਲ ਕੇ ਅਤੇ ਉਹ ਮੋੜ ਪਰਤਣਾ ਤਾਂ ਉਹਨੇ ਆਖਣਾ ਬਿਰਲੀ ਲਿਆ ਆਪਣੇ ਭਲਵਾਨ ਨੂੰ ਖੁਸ਼ੀ ਕਰਾਈਏ ਉਹ ਇੱਕੋ ਜਿਹੇ ਹੱਥ ਹੋਏ ਕਦੇ ਉਹ ਥੱਲੇ ਕਦੇ ਮੈਂ ਉੱਤੇ ਕਦੇ ਮੈਂ ਥੱਲੇ ਅਤੇ ਉਹ ਉੱਤੇ ਜਦੋਂ ਉਹਨਾਂ ਸਮਝ ਲਿਆ ਅੱਧਾ ਘੰਟਾ ਲੱਗ ਗਿਆ ਅਤੇ ਚੱਲ ਦੋਵਾਂ ਨੂੰ ਬਾਹਾਂ ਨੂੰ ਫੜ ਲੈਣਾ ਚਲੋ ਅੰਦਰ ਦੁਕਾਨ 'ਚ ਪਾ ਕੇ ਅਤੇ ਆਖਣਾ ਬੋਰੀਆਂ 'ਤੇ ਪੈ ਜਾ ਜਿਹੜੀ ਚੀਜ਼ ਬਣੀ ਅੱਛਾ ਬਾਬਾ ਜੀ ਇਹ ਜਿਹੜੇ ਤੁਹਾਡੇ ਹਮਸਾਇਆ ਪਿੰਡ ਸਨ ਇੱਥੇ ਇਹਨਾਂ ਪਿੰਡਾਂ 'ਚ ਸਿੱਖ ਸਰਦਾਰਾਂ ਦਾ ਕਿੰਨਾ ਕੁ ਜ਼ੋਰ ਸੀ ਇਹਨਾਂ ਪਿੰਡਾਂ 'ਚ ਕੋਈ ਸਿੱਖ ਨਹੀਂ ਸੀ ਸਿਰਫ ਇਹ ਦੋ ਪਿੰਡ ਸਨ ਸਾਡੇ ਭਾਗੋਵਾਲ ਨੇ ਨਾ ਕਿਸੇ ਨੂੰ ਨਾ ਸਲਾਹ ਕੀਤੀ ਨਾ ਪੁੱਛਿਆ ਨਾ ਕਿਸੇ ਉਹ ਜੇ ਕੋਈ ਪਰਸੋਂ ਕਰਾਚੀ ਹੋਇਆ ਇਹ ਹਿਸਾਬ ਇਹਨਾਂ ਨੇ ਕੀਤਾ ਭਾਗੋਵਾਲ ਜੇ ਇਕੱਠੇ ਹੋ ਕੇ ਤਾਂ ਪੈ ਗਏ ਭਰੋ ਕੇ ਜੱਜਿਆਂ ਨੂੰ ਅੱਛਾ ਇਹ ਭਰੋ ਕੇ ਜੱਜੇ ਦੋਵੇਂ ਪਿੰਡ ਸਿੱਖਾਂ ਦੇ ਸਨ ਪਟਿਆਲਾ ਵੀ ਭਰੋ ਕੇ ਜੱਜੇ ਜੀ ਇਹ ਜੈਸੇ ਪਹਿਨਣਾ ਉਹਨਾਂ ਨੇ ਕੀਤਾ ਉਹ ਮਗਰ ਚੜ੍ਹੇ ਇਹਨਾਂ ਦੇ ਉਹਨਾਂ ਚੰਨਣਾਂ ਨੂੰ ਅੱਗ ਲਾ ਦਿੱਤੀ ਅੱਛਾ ਸਿੱਖਾਂ ਨੇ ਇਹ ਟਾਈਮ ਹੋਇਆ ਤਾਂ ਸਾਡੇ ਪਿੰਡ ਆ ਗਿਆ ਜ਼ੈਲਦਾਰ ਅਰਸੂਲ ਭਾਗੋਵਾਲ ਗਿਆ ਆ ਕੇ ਅਤੇ ਸਾਡੇ ਪਿੰਡ ਡਰਿਆ ਇੱਦਾਂ ਉੱਚਾ ਉਹ ਦਰੇ ਦੇ ਉੱਤੇ ਆ ਕੇ ਬਹਿ ਕੇ ਢੋਲ ਵਜਵਾਇਆ ਉਹਨੇ ਉਹ ਸਾਰਾ ਪਿੰਡ ਇਕੱਠਾ ਹੋ ਗਿਆ
आखन लगा जो लफुरदार सा उन्होंने आख लगा सारी मदद करो है कि असी गए सरों की जजी तो वह प चढ़े मगर साढ़े तो असं नठे हैं तो उन्हें चंदना अग ला दी साढ़े पिंड आया ये गल कही भी असा जाना तो कल्या जाना किसी पिंड नहीं खड़ना। दूजी गल उन्होंने सिखा ने यह गल कही थी उन्होंने जात भी राह थी साढ़े पिंड वाले भी जात राह उन्होंने ये गल कही थी उन्होंने जो बड़ा से उस आख्या सू जो बदली पैनी पहाड़ों पैनी पहाड़ों पैनी है असी इन्ना को नहीं डरते वो जैसे साढ़े पिंड ढोल वजिया तो रात दो पिंड वेले का साढ़े पिंड वाले गए ना ढोल वजिया ना रात तो उन्होंने जो वे सन उन्हें आख्या मैं गल सरकी पिंड वेला कर गए ने उत्थे अगे कोई धार कढ़ना भांडा खोल तो लिया कोई दुद्ध थोड़ा चोया कि तवे तो रोटी पई इन गल सारी बड़िया ने बड़ा माड़ी उत्थे जा उड़े हाँ बिल्कुल माड़ी है। हाँ जी ठीक हो गया। अच्छा ये तरकालिया बिधिया पिंड इतने किन्नी तादाद सी सिख सरदार की है सारे सिख सारे मजोर जाके जमीन ते कब्जा किया तरकाली ते विधि तहसीलदार ते पटवारी पे उन्होंने आख्या भाई कौन होंगे तुम है जी साड़ी आ पाँ कमा है साड़ी आ तीह कमा है कि चाली कमा है। अच्छा लियाओ ढगे जो ढगे साढ़े पिंडों खड़े हल पंजाली गई एक ढगे का मूँह आऊ तो दूजे का आऊ कर दे पंजाली पटवारियाँ आखन थे तहसील पटवारी आखन ठीक है तुम जट टाइम वो पांच सत्त लगाए इस तरह एक आया उन्हें किया सन्ना फड़ के तुते जूए तो पता आखन का वाकई तू ही जट जान देते ये तो पंजाबी तो सेंटर भी फायदा जुड़ा तो तू कितने मना लिया अच्छा इंज करके फिर इन्हें वो अपने काम लले ढोल बजाने तो जंजा ते जाना बाजे बना सही सही। अच्छा जेडे विधिये सन सिख सरदार किसी का ना चेते तो ना हूँ मुद्दत तो हो गई खेम सिंह का ना जरा ने ये जबानी चढ़िया है ना ये चाहता ही। अच्छा खेम सिंह मतलब बाबा जमीन के मालिक सन जमीन का मालिक जी चौधरी। अच्छा पूरा टोल टप्पा सी मतलब किन्नी की जमीन सी इन्हां दी जमीन का नहीं पता किन्नी सी दी जां किन्नी नहीं सी बाकी ये वे कि सारे इहदे कोल तरेंदे सी। अच्छा सिर्फ नहीं हट लेंदे ते तुहाडे दादे नहीं हट। अच्छा साढ़े दादे भी दो भाई सन ना ना चेते तुहानू उहनां दा ना चेते तुहानू दस लवो ना दीवान जी ते शेर। हाँ दीवान तो मेरा दादा सी ना। हाँ अच्छा मतलब ये आंदे सन उन्होंने मुकाबले में है। हाँ ये मतलब जो कोई गल होनी तो फिर इन्हें सामने हो जाता ये भी लचक नहीं सन खाते हैं लचक नहीं ठीक हो गया। तो ये खेम सिंह जिहड़ा सी इहदा सलूक ऐसा सी पिंड दिया लोगों के नाल या लाम दे पिंड दे लोगों नाल तुसां वेख्या उन्होंने खेम सिंह नूं खेम सिंह नूं मैं वेख्या ਭਰਾਵਾਂ ਕਰੀ। ਅੱਛਾ ਸਲੂਕ ਠੀਕ ਤੇ ਮੈਂ ਦੱਸਿਆ ਨਹੀਂ ਵੀ ਆ ਕੇ ਸਾਡੇ ਉਦੋਂ ਵੱਡਾ ਵੱਡੀ ਸ਼ੁਰੂ ਹੋਈ ਸੀ ਤੇ ਆ ਕੇ ਸਾਡੇ ਪਿਓ ਕੇ ਹੱਥ ਜੋੜਦਾ ਸੀ ਮੇਰਾ ਖੂਹ ਖਰਾਬ ਹੋਇਆ ਅਤੇ ਮੇਰੇ ਭਤੀਜੇ ਨੂੰ ਭੇਜ ਮੈਂ ਠੀਕ ਹੋ ਗਿਆ ਜੀ ਮਾਨਦਾਰ ਫਿਰ ਉਹਨੇ ਜਦੋਂ ਕਸਮ ਖਾਧੀ ਫਿਰ ਆਖਦਾ ਚੱਲ ਫਿਰ ਉਹ ਗਿਆ ਜਾ ਖੂਹ ਠੀਕ ਕੀਤਾ ਕਰਕੇ ਫਿਰ ਘਰ ਛੱਡ ਇਹਨਾਂ ਦਾ ਖੂਹ ਕਿੱਥੇ ਹੁੰਦਾ ਸੀ ਖੇਮ ਸਿੰਘ ਦਾ ਇਹ ਪਹਾੜ ਵਾਲੇ ਪਾਸੇ ਖਾਣਾ ਪਿੰਡੂ ਪਹਾੜ ਵਾਲੀ ਬਾਈ ਠੀਕ ਹੋ ਗਿਆ। ਅੱਛਾ ਹਾਈ ਸਾਹਿਬ ਸਾਡੇ ਪਿੰਡ ਦੇ ਜਿਹੜੇ ਸਿੱਖ ਸਰਦਾਰ ਸਨ ਕਿਸੇ ਦੇ ਨਾਂ ਚੇਤੇ ਤੁਹਾਨੂੰ? ਹਾਂਜੀ ਨੰਦ ਸਿੰਘ ਕੰਮ ਤਰਖਾਣਾ ਕਰਦੇ ਸਨ ਜੀ ਨੰਦ ਸਿੰਘ ਇਹ ਜੱਟ ਸਨ ਲੇਕਿਨ ਕੰਮ ਤਰਖਾਣਾ ਦਾ ਕਰਦੇ ਸਨ ਕੰਮ ਤਰਖਾਣਾ ਹੀ ਕਰਦੇ ਸਨ ਹੋਰ ਹੋਰ ਸੀ ਉਹ ਕੇਸਰ ਸਿੰਘ ਉਹ ਵੀ ਇਹੋ ਹੀ ਕੰਮ ਕਰਦੇ ਸਨ। ਅੱਛਾ ਨੰਦ ਸਿੰਘ ਅਤੇ ਕੇਸਰ ਸਿੰਘ ਅਤੇ ਹੋਰ ਇਹ ਸਾਡੇ ਕੋਲ ਦੰਦੇਸ਼ਾਂ ਦੇ ਕਢਾਣ ਆਉਂਦੇ ਸਨ। ਅੱਛਾ ਠੀਕ
ਠੀਕ ਹੋ ਗਿਆ ਫੇਰ ਤਾਂ ਬੜਾ ਵੱਡਾ ਮਰਗ ਸੀ ਤੁਹਾਡਾ ਜੀ ਕਣਕਾਂ ਖਾਂਦੇ ਹਨ ਲੋਕ ਤੇ ਡੰਗਰਾਂ ਪੈਰ ਘਾਸੇ ਹਨ ਤੇ ਸਾਡੇ ਕੋਲ ਲੈ ਕੇ ਆਉਂਦੇ ਹਨ ਤੇ ਅਸੀਂ ਖੁਰੀਆਂ ਵੀ ਲਾਉਂਦੇ ਸ਼ਾਹਬ ਲਾ ਲਓ ਕਿ ਰਾਤ ਦੇ 12 ਤੋਂ ਬਾਅਦ ਸੂਰਜ ਉਗਦਿਆਂ ਤੱਕ ਆਉਂਦਾ ਸੀ ਜੋ ਪੂਰੀ ਮੰਡੀ ਲੱਗੀ ਠੀਕ ਠੀਕ ਤਾਂ ਫਿਰ ਤਾਂ ਯਕੀਨਨ ਸਾਡਾ ਜਿਹੜੇ ਦਾਦਾ ਜੀ ਨੇ ਦੀਵਾਨ ਅਤੇ ਸ਼ੇਰ ਇਹ ਵੀ ਜਾਂਦੇ ਹੋਣੇ ਤੁਹਾਡੇ ਕੋਲ ਬਿਲਕੁਲ ਬਿਲਕੁਲ ਠੀਕ ਹੋ ਗਿਆ ਅੱਛਾ ਬਾਬਾ ਜਦੋਂ ਇਹ 47 ਦੇ ਰੌਲੇ ਪਏ ਨੇ ਜਦੋਂ ਇਹਨਾਂ ਨੂੰ ਪਤਾ ਚੱਲਿਆ ਵੀ ਇਹ ਸਾਡਾ ਦੇਸ਼ ਨਹੀਂ ਰਹਿਣਾ ਹੁਣ ਇੰਡੀਆ ਪਾਕਿਸਤਾਨ ਬੋਲ ਪਿਆ ਤੇ ਕਿੰਨੇ ਦਿਨ ਪਹਿਲਾਂ ਰੌਲਾ ਪੈ ਗਿਆ ਸੀ ਤੁਹਾਡੇ ਪਿੰਡਾਂ ਦੇ ਵਿੱਚ ਇਹ ਤੈਨੂੰ ਮੈਂ ਦੱਸਾਂ ਗੱਲ ਵੀ ਸੌਣ ਭਾਦੋਂ ਦੇ ਦਿਨ ਸਨ ਮੁੰਜੀਆਂ ਲੱਗ ਗਈਆਂ ਤੇ ਸਾਡੇ ਪਿੰਡ ਦਾ ਬਰਵਾਲਾ ਮੁੰਡਾ ਸੀ ਸ਼ਾਇਦ ਉਹਦਾ ਨਾਮ ਜੀ ਮੇਰੇ ਜਿਹਨੇ ਚਾਹੀਦਾ ਛੀਟਕਾ ਜਾਂ ਵਜੀਰ ਸੀ ਉਹਦਾ ਉਹ ਮੁੰਡੀ ਜੋ ਤਾਲ ਕੱਢਦਾ ਸੀ ਅੱਛਾ ਤੇ ਇਹ ਸਿੱਖ ਆਏ ਸਨ ਨਾਰੋਵਾਲ ਵਾਲੇ ਪਾਸਿਓ ਤਰੀਕ ਤੇ ਸ਼ਹਿਰ ਅੱਛਾ ਇੱਕ 30-40 ਬੰਦੇ ਆਏ ਸਨ ਸ਼ਹਿਰ ਤਰੀਕ ਕਚਹਿਰੀ ਕਚਹਿਰੀ ਅੱਛਾ ਜੋ ਜੋ ਉਹਦੇ ਤਹਿਸੀਲ ਸੀ ਤਾਂ ਨਾਰੋਵਾਲ ਹਾਂਜੀ ਤਹਿਸੀਲਾਂ ਤਾਂ ਇਹੋ ਸੀ ਹਾਂ ਬਿਲਕੁਲ ਤੇ ਉਹ ਮੁੰਡਾ ਤਾਲ ਪਿਆ ਕੱਢਦਾ ਮੁੰਜੀ ਚੋਂ ਘਾ ਜੀ ਤੇ ਉਹਨਾਂ ਦੇ ਅੱਗੇ ਕੁੱਤਾ ਲੱਗਾ ਇੱਕ ਅਤੇ ਤਲਵਾਰਾਂ ਉਹਨਾਂ ਫੜੀਆਂ ਨੇ ਦੂਹ ਜੜੀਆਂ ਅਤੇ ਉਹ ਕੁੱਤੇ ਦੇ ਮਗਰ ਚੜ੍ਹੇ ਨੇ ਅੱਗੋਂ ਉਹ ਬੋਲਦਾ ਪਰਵਾਹ ਮੁੰਡਾ ਆਉਂਦਾ ਤਗੜੇ ਹੋ ਮੈਂ ਆਇਆ ਜੇ ਜੇ ਗਿਆ ਤਾਂ ਉਹ ਮੁੰਡਾ ਕਿੱਡਾ ਸੀ ਗਟਕਾ ਖੇਡਣ ਉਹ ਲਾ ਪਿਆ ਤਲਵਾਰਾਂ ਮਾਰਨੇ ਨੂੰ ਇਹ ਵੱਜਦਾ ਰਿਹਾ ਉਹ ਕੋਲ ਨੇੜੇ ਖੁਸ਼ ਉੱਥੋਂ ਬੰਦੇ ਦੌੜੇ ਅੱਛਾ ਬੰਦੇ ਦੌੜੇ ਤੋਂ ਮਾਰ ਛੜੇ ਦੋਵੇਂ ਦੋਵੇਂ ਸਿੱਖ ਮਾਰ ਕੇ ਅਤੇ ਉਦੋਂ ਇਹ ਸੀ ਫਿਰ ਪੁਲਿਸ ਨਾਲ ਫੜ ਲਿਆ ਇਹਨਾਂ ਨੇ ਕੀਤਾ ਧਨੋ ਹੀ ਜਾ ਕੇ ਕੋਈ ਪੁਰਾਣੀ ਡੱਲ ਸੀ ਉਹਦੇ ਵਿੱਚ ਉੱਡਾ ਅੱਛਾ ਨਾ ਆਉਂਦਾ ਨਾ ਜਿਹੜੇ ਜਿਹੜੇ ਉੱਧਰੋਂ ਆਇਆ ਸਨ ਨਾਰੋਵਾਲ ਪਾਸੇ ਉਹ ਪਤਾ ਲੱਗਾ ਸੀ ਵੀ ਇੱਕ ਬੰਦਾ ਵੀ ਨਹੀਂ ਵਾਪਸ ਗਿਆ ਪਹੁੰਚ ਅੱਛਾ ਠੀਕ ਹੋ ਗਿਆ ਜਿਹੜੇ ਤੁਹਾਡੇ ਪਿੰਡ ਦੇ ਸਿੱਖ ਸਰਦਾਰ ਸਨ ਕਾਲਾ ਰਾਵਾਂ ਦੇ ਬੂਟਾ ਸਿੰਘ ਹੋਰੀ ਬਹੁਤ ਚੰਗੇ ਅਤੇ ਇਹ ਜਦੋਂ ਗਏ ਨੇ ਇਹਨਾਂ ਦਾ ਕਿਤੇ ਕੈਂਪ ਲੱਗਾ ਸੀ ਜਾਂ ਇਕੱਲੇ ਇਕੱਲੇ ਨਿਕਲੇ ਨੇ ਕਿਤੇ ਇਹ ਕੈਂਪ ਸ਼ੈਂਪ ਕੁਝ ਨਹੀਂ ਲੱਗਾ ਇਕੱਲੇ ਇਕੱਲੇ ਅੱਛਾ ਮਾਰੇ ਕਿ ਮੈਂ ਆਪਣਾ ਬਾਲ ਬੱਚਾ ਲਿਆ ਅਤੇ ਮੈਂ ਟੁੱਟ ਗਿਆ ਤੁਸੀਂ ਲਿਆ ਤੁਸੀਂ ਟੁੱਟ ਗਏ ਜਾਂ ਇਕੱਠੇ ਹੀ ਟੁੱਟ ਗਏ ਕਿਉਂਕਿ ਸਾਡੇ ਕੋਲ ਉੱਥੋਂ ਬਾਰਡਰ ਨੇ ਬਾਲੜੀਆਂ ਨੂੰ ਬਿਲਕੁਲ ਅੱਛਾ ਇਹ ਜਿਹੜੇ ਖੱਤਰੀ ਮੇਘ ਬਟਵਾਲ ਸਨ ਇਹ ਵੀ ਚਲੇ ਗਏ ਸਭ ਚਲੇ ਗਏ ਪਰ ਤੂੰ ਕੋਈ ਦੁਬਾਰਾ ਆਪਣਾ ਪਿੰਡ ਵੇਖਣ ਆਇਆ ਨਾ ਇਹ 65 ਦੀ ਅੰਗ ਵਿੱਚ ਜਿਹੜੇ ਖੱਤਰੀ ਸਨ ਨਾ ਤੁਹਾਨੂੰ ਦੱਸਿਆ ਦੇਸੂ ਸ਼ਾਹ ਜੀ ਇਹਨਾਂ ਦਾ ਮੇਰਾ ਖਿਆਲ ਹੈ ਦੂ ਕਨਾਲ ਹੀ ਮਹਾਨ ਸੀ ਜਿਹਦੇ ਵਿੱਚ ਇਹਨਾਂ ਨੇ ਹਰ ਕਮਰੇ ਵਿੱਚ ਇੱਕ ਇੱਕ ਪੇਟੀ ਡੱਬੀ ਸੀ ਅੱਛਾ 6-6 ਫੁੱਟੀ ਅਤੇ ਫਰਸ਼ ਪਏ ਸਨ ਹੁਣ ਇੱਥੇ ਆ ਕੇ ਬੈਠਿਆ ਤੈਨੂੰ ਵੀ ਪਤਾ ਥੱਲੇ ਬਿਲਕੁਲ ਤੂੰ ਬਾਹਰੋਂ ਆਇਆ ਇੰਝ ਗੱਲ ਉਹਨਾਂ ਨੇ ਜਨਾਬ ਜਿੰਨੇ ਕਮਰੇ ਸਾਰੇ ਪੇਟੀਆਂ ਦੱਬੀਆਂ ਉਹਨੇ 50 ਕਮਰੇ ਹਨ ਜਿਹੜੇ 60 ਸਨ ਸਾਰਿਆਂ ਦੇ ਪੇਟੀਆਂ ਦੱਬੀਆਂ ਹਨ 65 ਦੀ ਜੰਗ ਵਿੱਚ ਆ ਕੇ ਅਤੇ ਪਿੰਡ ਸਾਡਾ ਉਹਨਾਂ ਦੇ ਕਬਜ਼ੇ ਆ ਗਿਆ ਅੱਛਾ ਫਿਰ ਉਹਨਾਂ ਆ ਕੇ ਉਹ ਸਮਾਨ ਖੜਿਆ ਵਾਹ ਜੀ ਵਾਹ ਜਦੋਂ ਅਸੀਂ ਗਏ ਹਾਂ ਵਾਪਸ ਜੀ ਜੀ ਅਤੇ ਜਾ ਕੇ ਫਿਰੇ ਹਾਂ ਵੇਖਿਆ ਅਤੇ ਉਸੇ ਤਰ੍ਹਾਂ ਜੀ ਚੌਕ ਚੌਂ ਬਣੀਆਂ ਅਤੇ ਵਿੱਚੋਂ ਪੇਟੀਆਂ ਗਈਆਂ ਜਿਹੜੇ ਸਾਡੇ ਪਿੰਡ ਦੇ ਸਿੱਖ ਸਰਦਾਰ ਸਨ ਬਿਧੀਏ ਦੇ ਨਖੇਮ ਸਿੰਘ ਹੋਰੀ ਇਹਨਾਂ ਉੱਤੇ ਕਿਸੇ ਨੇ ਜੱਥੇ ਨੇ ਹਮਲਾ ਕੀਤਾ ਭਲਾ ਇਹ ਸਭ ਨੂੰ ਸਬੂਤੇ ਸਾਰੇ ਚਲੇ ਗਏ ਨੇ ਕੋਈ ਸਾਡੇ ਇਸ ਇਲਾਕੇ ਦੇ ਵਿੱਚ ਘੱਟ ਵੱਧ ਨਹੀਂ ਹੋਈ ਪਿਆਰ ਨਾਲ ਮੰਨਣ ਲਈ ਚਲੇ ਗਏ ਉਹਨਾਂ ਹੀ ਕੀਤੀ ਹੈ ਇੱਧਰ ਅਤੇ ਨਾ ਇੱਧਰ ਆਏ ਅੱਛਾ ਹਾਈ ਸਾਹਿਬ ਇਹ ਜਿੰਨੇ ਵੀ ਗਏ ਨੇ ਮੇਘ ਅਤੇ ਖੱਤਰੀ ਬਟਵਾਲ ਮਤਲਬ ਸਿੱਖ ਸਰਦਾਰ ਬੂਟਾ ਸਿੰਘ ਹੋਰਾਂ ਤੁਸੀਂ ਨਾਲ ਲਏ ਕਾਲੇ ਰਾਵਾਂ ਦੇ ਜਿਹੜੇ ਸਨ ਜੱਦੀ ਇਹ ਦੁਬਾਰਾ ਇਹਨਾਂ ਨਾਲ ਤੁਹਾਡਾ ਕੋਈ ਰਾਬਤਾ ਹੋਇਆ ਜਾਂ ਖਤ ਪੱਤਰ ਆਇਆ ਤੁਹਾਨੂੰ ਕੋਈ ਨਹੀਂ ਕੋਈ ਖਤ ਪੱਤਰ ਨਹੀਂ ਆਇਆ ਇਹ ਵੀ ਨਹੀਂ ਪਤਾ ਉਹ ਕਿਤੇ ਬੈਠੇ ਨੇ ਕੋਈ ਪਤਾ ਉਹ ਇਨਸ਼ਾਅੱਲਾ ਤੁਹਾਡੀ ਇਹ ਆਵਾਜ਼ ਸੁਣਨਗੇ ਜਿਹੜੇ ਜਿਹੜੇ ਵੀ ਤੁਸੀਂ ਨਾਂ ਲਏ ਨੇ ਚਾਹੇ ਖੱਤਰੀ ਮੇਘ ਬਟਵਾਲ ਸਿੱਖ ਸਰਦਾਰ ਹੈ ਉਹ ਤੁਹਾਡੀ ਆਵਾਜ਼ ਸੁਣਨਗੇ ਅਤੇ ਉਹ ਸੁਣ ਕੇ ਅਤੇ ਉਹਨਾਂ ਦੇ ਦਿਲ 'ਚ ਤਮੰਨਾ ਪੈਦਾ ਹੁੰਦੀ ਹੈ ਲਓ ਜੀ ਸਾਨੂੰ ਯਾਦ ਕੀਤਾ ਅਤੇ ਅਸੀਂ ਹੁਣ ਆਪਣਾ ਅਬਾਈ ਪਿੰਡ ਕਾਲਾ ਰਾਵਾਂ ਆਉਣਾ ਚਾਹੁੰਦੇ ਹਾਂ ਅਤੇ ਉਹਨਾਂ ਦਾ ਇਸਤਕਬਾਲ ਕਰੋਗੇ ਇਸਤਕਬਾਲ ਅਸੀਂ ਤਾਂ ਸ਼ਹਿਰ ਹੁੰਦੇ ਸ਼ਹਿਰ ਹੀ ਆਉਣਗੇ
हाँ जी नहीं थोड़े पिंड भी अभी बुलावे फिर तुम्हें भी बुलावे उ ना नहीं पत्रिया है मेरा उत्थे पत्रिए अच्छा की ना इन्हों का एक ना नवाज है जरा कैद हो अच्छा तो एक ना आजाद है नवाज से आजाद अच्छा मतलब कि उन्होंने आओ भगत उन्होंने चाह करोगे जो पिंड होने इंशाला करा क्योंकि दो भरा भी तुसा वेखे जो विछड़े मिले ने उ करतारपुर है बिल्कुल तो एक तड़प दिल च पैदा होंगी है ना उन्होंने लोगों को भी है जो इतों गए बिल्कुल जी अपनी हुब होंगी इन जी गल जी जिन्हें जिन्हें के ना लेने आई साहब ने वो साढ़ा प्रोग्राम सुनने तो अगों अपने राय का इजहार भी कर और अपने कमेंट में तुसी अपना कॉन्टैक्ट नंबर भी साढ़े लाजमी शेयर करो असं इंशाला ए हाई साहब ना गलबात भी करावे तो बहुत सारिया तारीखी गल् जान शेयर की सांझ पाई तो वो तुम मजीद भी कुछ पूछना चाहोगे तो ये बजुर्ग अल्लाह ताला इन्होंने तंदुरुस्ती दी है तुम कुछ भी पूछ सकते हो ठीक है अच्छा बाबा जी वो वक्त चंगे सन या वक्त ठीक है वो वक्त सही सी किस लिहाज न इस लिहाज न एक दूसरे भाईबंदी सी एक दूसरे दीन सी प्यार सी जे तेरी भैन है ना तो मेरी धी खत्म हो गई जी ठीक जी बहुत शुक्रिया जी हाई साहब तुसा सा बहुत सारी सांझ पाई अल्लाह ताला तुहानू तंदुरुस्ती दे हयाती रहे जी जी इंशाल्लाह असी साढ़े वो राबता करेंगे असी तुहाडे नाल जरूर गलबात करांगे बहुत शुक्रिया जी खेम खेम दा भी करियो जी जरूर जरूर जनाब खेम सिंह दा तुसा नाम लिया अगू उन्हां दी आलू लाज सुनेगी खेम सिंह उन्हां दा जद्दी अबाई पिंड सी बिधिया चक ओ खेम खेम सिंह नहीं बारे दी गल करना हां अच्छा करो गल तुसी ओ ते बारा थी टेसियां दा अच्छा ओ भी चौधरी आदमी ਬਾਰਾ ਸਿੰਘ ਸੀ ਸਰਦਾਰ ਸੀ ਉਹ ਵੀ ਅੱਛਾ ਤੁਸੀਂ ਗੱਲ ਸੁਣਾਈ ਸੁਣਾਓ ਜ਼ਰਾ ਰਿਕਾਰਡ ਹੋ ਜੇ ਵਿੱਚ ਉਹ ਇੱਥੋਂ ਮੁੰਡਾ ਟੁਰ ਗਿਆ ਇੱਕ ਕਿਸਾਨਾਂ ਦਾ ਮਾਲ ਹੁੰਦਾ ਸੀ ਉਹਦੇ ਕੋਲ ਚਾਰ ਨਵਾਸ ਸੀ ਅੱਛਾ ਉਹ ਚਾਰ ਦਾ ਚਾਰ ਉਹ ਭੇਡ ਲਾਲ ਹੋ ਗਈ ਉਹ ਟੋਕਰੇ ਪਾ ਕੇ ਸਿਰ 'ਤੇ ਧਰਿਆ ਅਤੇ ਲੈ ਕੇ ਸ਼ਹਿਰ ਆ ਗਿਆ ਕਿਸਾਨੀ ਦੁਕਾਨ 'ਤੇ ਇੱਥੇ ਦਿੱਤਾ ਅਤੇ ਮੱਤ ਜਦੋਂ ਵੱਜੀ ਹੋਵੇ ਟੋਕਰਾ ਸਿੱਧਾ ਸਿਰ 'ਤੇ ਨਹੀਂ ਰੱਖਿਆ ਮੁੰਡਾ ਮਾਰ ਲਿਆ ਸਿਰ ਇੱਥੋਂ ਜਿਉਂ ਚੜਿਆ ਸੜਕੇ ਸਿੱਧਾ ਟਾਲੂਆਂ ਜੇ ਸਿੱਧਾ ਲੰਘ ਗਿਆ ਲੀਲੇ ਟਾਲੂਆਂ ਜੇ ਹੈਗਾ ਲੰਘਿਆ ਨਾ ਅਤੇ ਅੱਗੇ ਖੇਮ ਸਿੰਘ ਉਹਨਾਂ ਨੇ ਡੰਗਰ ਬੰਦੇ ਸਨ ਅੱਛਾ ਉਹਨਾਂ ਵੇਖਿਆ ਵੀ ਬੰਦਾ ਨਹੀਂ ਕੋਈ ਅਸਰ ਨਹੀਂ ਲੱਭਦਾ ਉਹਨਾਂ ਆਖਿਆ ਇੱਧਰ ਆ ਇੱਧਰ ਆਇਆ ਉਹਨਾਂ ਆਖਿਆ ਕਿੱਥੋਂ ਆਇਆ ਅਸੀਂ ਕਾਲੇ ਰਹਾਂ ਉਹਨਾਂ ਆਖਿਆ ਫਿਰ ਇੱਥੇ ਬਹਿ ਜਾ ਸ਼ਾਮ ਪਈ ਇੱਥੇ ਬਹਿ ਜਾ ਤੂੰ ਕੀ ਰੋਟੀ ਵੀ ਮਿਲੇਗੀ ਮੰਜੀ ਮਿਸ਼ਰ ਮਿਲੇਗਾ ਅਤੇ ਇੱਥੇ ਹੀ ਰਹੋ ਕਿੱਦਾਂ ਪੁੱਤਰ ਹੈ ਤੂੰ ਅਸੀਂ ਨੱਥੇ ਭੇਡਾਂ ਆਇਆ ਨਾ ਜਰਨਲ ਦੀ ਤੁਸੀਂ ਗੱਲ ਸੁਣਾਈ ਸੀ ਜਰਨਲ ਜਰਨਲ ਉਹਦਾ ਬਾਰੇ ਦਾ ਅੱਛਾ ਬਾਰੇ ਦਾ ਬੇਟਾ ਸੀ ਜਰਨਲ ਠੀਕ ਹੈ ਅਤੇ ਇੰਡੀਆ ਕਿਹੜੀ ਜਗ੍ਹਾ ਬੈਠੇ ਨੇ ਪਤਾ ਤੁਹਾਨੂੰ ਇਹ ਵੀ ਠੀਕ ਹੈ ਢੇਸੀਆਂ ਦੇ ਸਿੱਖ ਸਰਦਾਰ ਬਾਰਾ ਸਿੰਘ ਉਹਨਾਂ ਦਾ ਪੁੱਤਰ ਸੀ ਅੱਗੂ ਜਰਨਲ ਕੀ ਨਾਂ ਸੀ ਉਹਦਾ ਅੱਛਾ ਅੱਛਾ ਚਲੋ ਜੀ ਉਹ ਵੀ ਤੁਹਾਡੀ ਸੁਣਨਗੇ ਆਵਾਜ਼ ਇਨਸ਼ਾਅੱਲਾ ਵੀ ਰਾਬਤਾ ਕਰਨਗੇ ਬਹੁਤ ਸ਼ੁਕਰੀਆ ਆਈ ਸਾਹਿਬ ਅਸਲਾਮ ਵਾਲੇਕੁਮ ਆਪਨੇ ਅਭੀ ਤੱਕ ਹਮਾਰੇ ਚੈਨਲ ਸਬਸਕ੍ਰਾਈਬ ਨਹੀਂ ਕੀਆ ਤੋ ਅਭੀ ਸਬਸਕ੍ਰਾਈਬ ਕਰੇਂ और बेल आइकॉन को क्लिक करके हमारी लेटेस्ट वीडियोस के बारे में अपडेट जाने।